ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮਿੰਦਰ ਕੌਰ ਪਹਿਲਾਂ ਪੇਜ ਨਹੀਂ ਛੁਣਨੀਆ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਤੀਜੇ ਰੋਜ਼ਗਾਰ ਮੇਲੇ ਦੌਰਾਨ 71000 ਤੋਂ ਵੱਧ ਨੌਜਵਾਨਾਂ ਨੂੰ ਸੌਂਪਨ ਕੇ ਨਿਯੁਕਤੀ ਪੱਤਰ ਲੁਧਿਆਣਾ ਚਰਦੀਪ ਸਿੰਘ ਪੁਰੀਏ ਤੇ ਮੁਹਾਲੀ ਚ ਸੋਮ ਪ੍ਰਕਾਸ਼ ਕਰਨਗੇ ਰੋਜ਼ਗਾਰ ਮੇਲੇ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਭਾਰਤ ਨੂੰ ਗਲੋਬਲ ਸਾਊਥ ਦੀ ਆਵਾਜ਼ ਦੱਸਿਆ ਕੇਂਦਰੀ ਖੇਡ ਮੰਤਰਾਲੇ ਨੇ ਪੁਲਵਾਨਾ ਵੱਲੋਂ ਲਗਾਏ ਗਏ ਇਲਜ਼ਾਮਾਂ ਤੇ ਕੁਸ਼ਤੀ ਫੈਡਰੇਸ਼ਨ ਤੋਂ 72 ਘੰਟਿਆਂ 'ਚ ਮੰਗਿਆ ਜਵਾਬ ਹਾਕੀ ਵਿਸ਼ਵ ਕੱਪ 'ਚ ਭਾਰਤ ਨੇ ਬਿਲਕੁਲ 4-2 ਗੋਲਾਂ ਦੇ ਫਰਕ ਨਾਲ ਹਾਰਾਇਆ ਹੁਣ ਖਬਰਾਂ ਵਿਸਥਾਰ ਨਾਲ ਪਰ ਸਰਕਾਰ ਵੱਲੋਂ ਸ਼ੁਰੂ ਕੀਤੇ ਗੇ ਰੋਜ਼ਗਾਰ ਮੇਲੇ ਦੀ ਲੜੀ ਚ ਤੀਜਾ ਰੋਜ਼ਗਾਰ ਮੇਲਾ ਅਜ ਦੇਸ਼ ਪਰਚ ਆਯੋਜਿਤ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੇਲੇ ਨੂੰ ਆਨਲਾਈਨ ਸੰਬੋਧਿਤ ਕਰਨਗੇ ਤੇ ਤਕਰੀਬਨ 71 ਹਜ਼ਾਰ ਨਿਯੁਕਤੀ ਪੱਤਰ ਪ੍ਰਦਾਨ ਕਰਨਗੇ ਇਹ ਨੌਜਵਾਨ ਪਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਚ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਰੋਜ਼ਗਾਰ ਮੇਲਾ ਦੇਸ਼ ਵਿੱਚ ਰੋਜ਼ਗਾਰ ਪੈਦਾ ਕਰਨ ਨੂੰ ਸਰਵੋੱਚ ਪਹਿਲ ਦੇਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਦੀ ਦਸ਼ਾਵਲ ਇੱਕ ਵੱਡਾ ਕਦਮ ਹੈ ਕਰਮਯੋਗੀ ਪ੍ਰਬੰਧਨ ਮਾਡਲ ਰਾਹੀਂ ਸ਼ੁਰੂਆਤੀ ਸਿਖਲਾਈ हासिल ਕਰਨ ਵਾਲੇ ਇਹ ਨੌਜਵਨ ਰੋਜ਼ਗਾਰ ਮੇਲੇ ਚ ਆਪਣੇ ਤਜਰਬੇ ਵੀ ਸਾਂਝੇ ਕਰਨਗੇ ਪੰਜਾਬ ਦੇ ਮੇਲਾ ਲੁਧਿਆਣਾ ਤੇ ਮੁਹਾਲੀ ਵਿਖੇ ਆਯੋਜਿਤ ਕੀਤਾ ਜਾਪੇਗਾ ਲੁਧਿਆਣਾ ਚ ਇਸ ਮੇਲੇ ਦਾ ਆਯੋਜਨ ਕਸਟਮਸ ਕਮਿਸ਼ਨਰੇਟ ਦੀ ਅਗਵਾਈ ਚ ਸ੍ਰੀ ਗੁਰੂ ਨਾਨਕ ਦੇਵ ਪਵਨ ਵਿਖੇ ਕੀਤਾ ਜਾ ਰਿਹਾ ਹੈ ਕਸਟਮਸ ਕਮਿਸ਼ਨਰ ਬਰੰਦਾਬਾ ਗੋਹਿਲ ਨੇ ਦੱਸਿਆ ਕਿ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਤੇ ਮਕਾਨ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਉਹ ਰੋਜ਼ਗਾਰ ਪਾਉਣ ਵਾਲੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕਰਨਗੇ ਮੇਲੇ ਦੌਰਾਨ ਤਕਰੀਬਨ 185 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਨੇ ਇਸੇ ਤਰ੍ਹਾਂ ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨਸ ਯਾਨੀ ਆਈਐਸਬੀ ਵਿਖੇ ਹੋਣ ਵਾਲੇ ਰੋਜ਼ਗਾਰ ਮੇਲੇ ਦੇ ਮੁੱਖ ਮਹਿਮਾਨ ਕੇਂਦਰੀ ਵਣਜ ਤੇ ਸਨਤ ਰਾਜ ਮੰਤਰੀ ਸੋਮ ਪ੍ਰਕਾਸ਼ ਹੋਣਗੇ लोकसभा स्पीकर ओम बिरला ਨੇ ਕਿਹਾ ਕਿ ਭਾਰਤੀ ਸੰਸਦ ਵੱਲੋਂ ਇਸ ਵਾਰ ਦੇ ਜੀਵੀ ਮੁਲਕਾਂ ਦੇ ਪਾਰਲੀਮੈਂਟਰੀ ਸਪੀਕਰਾਂ ਦੀ ਪੀਵੀ ਕਾਨਫਰੰਸ ਕਰਵਾਈ ਜਾਵੇਗੀ ਤੰਜ਼ਾਨੀਆ ਦੇ ਦੌਰੇ ਤੇ ਗਏ ਸਪੀਕਰ ओम बिरला ਵੱਲੋਂ ਬੀਤੇ ਦਿਨ ਉਥੋਂ ਦੇ ਪ੍ਰਧਾਨ ਮੰਤਰੀ ਕਾਸਿਮ ਮਜ਼ਾਲਬਾ ਨਾਲ ਮੁਲਾਕਾਤ ਕੀਤੀ ਗਈ ਇਸ ਦੌਰਾਨ ओम ਪਿਰਲਾ ਨੇ ਕਿਹਾ ਕਿ ਭਾਰਤ ਜੀਵੀ ਦੇ ਪਲੇਟਫਾਰਮ ਰਾਹੀਂ ਆਲਮੀ ਮੁੱਦਿਆਂ ਨੂੰ ਪ੍ਰਭਾਵੀ ਤੌਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰੇਗਾ ਦੋਹਾਂ ਦੇਸ਼ਾਂ ਦੇ ਸਮੁੰਦਰੀ ਸਬੰਧਾਂ ਦੇ ਇਤਿਹਾਸ ਤੇ ਚਾਨਣਾ ਪਾਉਂਦੇ ਉਹਨਾਂ ਨੇ ਕਿਹਾ ਕਿ ਦੋਵੇਂ ਦੇਸ਼ ਲੋਕਤੰਤਰੀ ਕਿੰਤਾ ਨੂੰ ਸਾਂਝਾ ਕਰਦੇ ਨੇ ਅਤੇ ਦੋਹਾਂ ਮੁਲਕਾਂ درمیان ਆਰਥਿਕ ਸਮਾਜਿਕ ਸਬੰਧ ਸਦੀਆਂ ਪੁਰਾਣੇ ਨੇ ਲੋਕ ਸਭਾ ਸਪੀਕਰ ਨੇ ਤੰਜ਼ਾਨੀਆ ਦੇ ਵੱਖ-ਵੱਖ ਸੈਕਟਰਾਂ 'ਚ ਭਾਰਤੀ ਨਿਵੇਸ਼ਕਾਰੀ ਦਾ ਵੀ ਜ਼ਿਕਰ ਕੀਤਾ ਅਤੇ ਭਰੋਸਾ ਦਿੱਤਾ ਕਿ ਭਾਰਤ ਤੰਜ਼ਾਨੀਆ ਦੀ ਵਿਕਾਸ ਯਾਤਰਾ 'ਚ ਇੱਕ ਪਰਉਸੇਯੋਗ ਪਾਈਵਲ ਦੀ ਭੂਮਿਕਾ ਨਿਭਾਉਂਦਾ ਰਹੇਗਾ ਉਨ੍ਹਾਂ ਤੰਜ਼ਾਨੀਆ ਦੇ ਭਾਰਤੀ ਪਾਈਚਾਰੇ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਕੇਂਦਰੀ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਗਲੋਬਲ ਸਾਊਥ ਦੀ ਆਵਾਜ਼ ਹੈ ਡਾਕਟਰ ਅਸ਼ਮਨੀ ਫਰਨਾਂਡੇਸ ਦੀ ਕਿਤਾਬ ਇੰਡੀਆਜ਼ ਨੋਲੇਜ ਸੁਪਰੀਮਸੀ ਨੂੰ ਜਾਰੀ ਕਰਨ ਮੌਕੇ ਕਰਵਾਏ ਕਿਸ ਮਾਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਭਾਰਤ ਆਪਣੀ ਵਿਰਾਸਤੀ ਸਿਧਾਂਤਾਂ ਸਦਕਾ ਗਲੋਬਲ ਸਾਊਥ ਦੀ ਆਵਾਜ਼ ਬਣਿਆ ਹੈ ਉਹਨਾਂ ਭਾਰਤੀ ਗਿਆਨ ਸੰਸਕ੍ਰਿਤੀ ਨੂੰ ਸਮੁੰਦਰ ਵਾਂਗ ਡੂੰਘਾ ਦੱਸਦਿਆਂ ਇਸ ਨੂੰ ਉਤਸ਼ਾਹਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਕੇਂਦਰੀ ਮੰਤਰੀ ਨੇ ਵੇਦਾਂ ਤੇ ਉਪਨਿਸ਼ਿਦਾਂ ਨੂੰ ਗਿਆਨ ਦੇ ਸੂਮੇ ਦੱਸਦਿਆਂ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਦੀਆਂ ਜੜ੍ਹਾਂ ਲੱਗਣ ਦਾ ਪਰਮਾਣ ਵੀ ਇੰਨਾ ਚ ਮੌਜੂਦ ਹੈ ਉਹਨਾਂ ਤਕਨੀਕੀ ਸਮਰੱਥਾ ਦੇ ਨਾਲ ਭਾਰਤੀ ਗਿਆਨ ਪ੍ਰਣਾਲੀਆਂ ਦਾ ਤਾਲਮਿਲ ਸਥਾਪਿਤ ਕਰਨ ਤੇ ਵੀ ਜ਼ੋਰ ਦਿੱਤਾ। ਕੇਂਦਰੀ ਮੰਤਰੀ ਆਰਕੇ ਸਿੰਘ ਨੇ ਕਿਹਾ ਕਿ ਊਰਜਾ ਖੇਤਰ ਵਿੱਚ ਨਵੇਂ ਆਯੋਗ ਊਰਜਾ, ਟ੍ਰਾਂਸਮਿਸ਼ਨ ਅਤੇ ਨਿਵੇਸ਼ ਦੇ ਭਰਪੂਰ ਮੌਕੇ ਨੇ ਦਾਬੋਸ 'ਚ ਵਿਸ਼ਵ ਆਰਥਿਕ ਮੰਚ ਵੱਲੋਂ ਕਰਵਾਏ ਗੇ ਕੰਟਰੀ ਸਟ੍ਰੈਟਜੀ ਡਾਇਲੌਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਬਿਜਲੀ ਅਤੇ ਨਵੇਂ ਆਯੋਗ ਊਰਜਾ ਦੇ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਤੇ ਜਾਣਨਾ ਪਾਇਆ। ਉਨ੍ਹਾਂ ਨੇ 2030 ਤੱਕ ਗ੍ਰੀਨ ਹਾਈਡਰੋਜਨ ਅਤੇ 500 ਗੀਗਾਵਾਟ ਨਵੇਂ ਆਯੋਗ ਊਰਜਾ ਸਮਰੱਥਾ ਹਾਸਲ ਕਰਨ ਦੀ ਭਾਰਤੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਆਰਕੇ ਸਿੰਘ ਨੇ ਕਿਹਾ ਕਿ ਭਾਰਤ ਨੇ ਕਾਰਬਨ ਨਿਕਾਸੀ ਨੂੰ ਘਟਕਣ ਦੀ اپنی స్వయ ਇਛਿਤ ਪ੍ਰਤੀਬੱਧਤਾ ਨੂੰ ਆਲਮੀ ਮੰਚ ਤੇ ਮਜ਼ਬੂਤੀ ਨਾਲ ਰੱਖਿਆ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਮਾਰੀ لال ਪ੍ਰੋਹਿਤ ਨੇ ਰਾਜਪਵਨ ਚੰਡੀਗੜ੍ਹ ਚ ਕੱਲ ਹੋਏ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਤਾਬ ਐਗਜ਼ਾਮ ਵਾਰੀਅਰ ਦੇ ਹਿੰਦੀ ਤੇ ਪੰਜਾਬੀ ਐਡੀਸ਼ਨ ਨੂੰ ਲਾਂਚ ਕੀਤਾ ਇਸ ਸਮਾਗਮ ਕੀ ਤਕਰੀਬਨ 500 ਵਿਦਿਆਰਥੀ ਵੀ ਮੌਜੂਦ ਰਹੇ ਰਾਜਪਾਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਹਰ ਕੰਮ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ ਉਨ੍ਹਾਂ ਬੱਚਿਆਂ ਦੇ ਪ੍ਰਸ਼ਨ ਸੁਨੇ ਤੇ ਪ੍ਰੀਖਿਆ ਦੇ ਤਣਾਅ ਨਾਲ ਨਜੁਠਣ ਇਮਤਿਹਾਨਾਂ ਬਾਰੇ ਹਾਂ ਪੱਕੀ ਪਹੁੰਚ ਬਣਾਉਣ ਅਤੇ ਜ਼ਿੰਦਗੀ ਦੀ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਲਈ ਸੁਝਾਅ ਦਿੱਤੇ ਰਾਜਪਾਲ ਪੁਰੀਹਿਤ ਨੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨੀ ਆਪਣਾ ਆਸ਼ੀਰਵਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ ਇਹ ਕਿਤਾਬ ਸ਼ੁਰੂ ਚ ਸਨ 2018 ਚ ਲਿਖੀ ਗਈ ਸੀ ਜਿਹੜੀ ਭਾਰਤ ਵਿੱਚ ਸਭ ਤੋਂ ਵੱਧ ਵੇਚਣ ਵਾਲੀਆਂ ਕਿਤਾਬਾਂ ਵਿੱਚੋਂ ਇੱਕ ਰਹੀ ਹੈ ਇਸ ਸਾਲ ਕਿਤਾਬ ਦੀ ਮੁੱਖ ਖਾਸੀਅਤ ਇਹ ਹੈ ਕਿ ਸੋਦੇ ਐਡੀਸ਼ਨ ਦਾ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਦੀ ਫੀਡਬੈਕ ਨਾਲ 11 ਸਥਾਨਕ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਇਸ ਮੌਕੇ ਯੂਟੀ ਪ੍ਰਸ਼ਾਸਕ ਦੇ ਸਲਾਹ ਕਰ ਤਰੰਪਾਲ ਅਤੇ ਪੰਜਾਬ ਦੇ मुख्य सक्र विजय कुमार जंजुआ समेत कई होर सीनियर अधिकारी मौजूद रहे कांग्रेस पार्टी छड़ के भारतीय जनता पार्टी जो शामिल हुए सूबे के का खजाना मंत्री मनप्रीत सिंह बादल ने कल नवी दिल्ली केंद्रीय गृह मंत्री अमित शाह नाल मुलाकात की थी। इस बारे आपने एक ट्वीट तस्वीर सांझियां करद मनप्रीत सिंह बादल ने भारतीय जनता पार्टी शामिल करने ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ ਉਨ੍ਹਾਂ ਗਿਆ ਕਿ ਦੇਸ਼ ਅਤੇ ਪੰਜਾਬ ਦੇ ਭਵਿੱਖ ਬਾਰੇ ਚਰਚਾ ਹੋਈ ਤੇ ਉਜਵਲ ਭਵਿੱਖ ਦਾ ਟੀਚਾ ਹਾਸਲ ਕਰਨ ਲਈ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਮਨਪ੍ਰੀਤ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਦੇ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ ਮਨਪ੍ਰੀਤ ਬਾਦਲ ਨੇ ਪਾਰਟੀ ਪ੍ਰਧਾਨ ਵਜੋਂ ਜੇਪੀ ਨੱਡਾ ਦਾ ਕਾਰਜਕਾਲ ਵਧਾਏ ਜਾਣ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਇਸ ਮੌਕੇ ਮੌਜੂਦ ਸਨ ਪੰਜਾਬ ਸਰਕਾਰ ਵੱਲੋਂ ਸੂਬੇ ਚੋਦ ਉਦਯੋਗਾਂ ਤੇ ਮਕਾਨ ਨੂੰ ਸਾਰੀ ਨਾਲ ਸੰਬੰਧਿਤ ਮਸਲਿਆਂ ਦੇ ਨਿਪਟਾਰੇ ਲਈ ਕੋਰ ਗਰੁੱਪ ਦਾ ਗਠਨ ਕੀਤਾ ਜਾਪੇਗਾ। ਚੰਡੀਗੜ੍ਹ ਤੋਂ ਜਾਰੀ ਬਿਆਨ ਮੁਤਾਬਕ ਸੂਬੇ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ CII ਦੇ ਮੁਖ ਦਫ਼ਤਰ ਵਿਖੇ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਕਾਨ ਉਸਾਰੀ ਵਿਭਾਗ ਵੱਲੋਂ ਹਰ ਤਰ੍ਹਾਂ ਦੀ ਮਨਜ਼ੂਰੀ 45 ਦਿਨਾਂ ਦੇ ਅੰਦਰ ਯਕੀਨੀ ਬਣਾਉਣ ਲਈ ਸੁਚਾਰੂ ਵਿਧੀ ਤਿਆਰ ਕੀਤੀ ਜਾ ਰਹੀ ਹੈ। ਕੋਰ ਗਰੁੱਪ ਬਾਰੇ ਜਾਣਕਾਰੀ ਦਿੰਦੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਵਿੱਚ ਵਿਭਾਗ ਉਦਯੋਗ ਅਤੇ ਹੋਰ ਨਾਲ ਸੰਬੰਧਿਤ ਮਹਿਕਮੇ ਦੇ ਨੁਮਾਇੰਦੇ ਸ਼ਾਮਿਲ ਹੋਣਗੇ ਅਮਨ अरोड़ा ਨੇ ਕਿਹਾ ਕਿ ਸੂਬੇ 'ਚ ਉਦਯੋਗ ਸਥਾਪਿਤ ਕਰਨ ਦੇ ਚਾਹਵਾਨ سرمایہਕਾਰਾਂ ਨੂੰ ਸੁਖਾਲੇ ਟੰਗਨਾਲ ਉਦਯੋਗਿਕ ਪਲਾਟ ਮੁਹੱਈਆ ਕਰਵਾਉਣ ਲਈ ਵੀ ਯਤਨ ਕੀਤੇ ਜਾ ਰਹੇ ਨੇ ਇਸ ਦੌਰਾਨ ਉਨ੍ਹਾਂ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਜਲਦ ਨਿਪਟਾਰੇ ਦਾ ਭਰੋਸਾ ਦਿੱਤਾ ਕੈਬਨਿਟ ਮੰਤਰੀ ਨੇ ਫਰਵਰੀ ਮਹੀਨੇ ਝੋਨਮਾਲੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 'ਚ ਸ਼ਾਮਿਲ ਹੋਣ ਲਈ ਸਾਰੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਸ਼੍ਰੀ ਮੁਕਤਸਰ ਸਹਿਬ ਵਿੱਚ ਨਵੀਂ ਸੀਵਰੇਜ ਪ੍ਰਣਾਲੀ ਪਾਉਣ ਲਈ ਪੰਜਾਬ ਸਰਕਾਰ ਨੇ ਤਕਰੀਬਨ 6 ਕਰੋੜ ਰੁਪਏ ਦੀ ਗ੍ਰਾਂਟ ਨੂੰ ਮਨਜ਼ੂਰੀ ਦਿੱਤੀ ਹੈ। ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਚੰਡੀਗੜ੍ਹ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਧਾਰਮਿਕ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਸੀਵਰੇਜ ਦੀ ਸਮੱਸਿਆ ਦੇ ਸਥਾਈ ਹੱਲ ਲਈ ਪੰਜਾਬ ਸਰਕਾਰ ਵੱਲੋਂ ਤਕਰੀਬਨ 6 ਕਰੋੜ ਰੁਪਏ ਦੀ ਗ੍ਰਾਂਟ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਸ਼ਹਿਰ ਵਾਸੀਆਂ ਤੇ ਦੂਰ ਦੁਰਾਡੇ ਤੋਂ ਸ਼੍ਰੀ ਮੁਕਤਸਰ ਸਾਹਿਬ ਦੀ ਪਵਨ ਧਰਤੀ ਤੇ ਆਉਣ ਵਾਲੀਆਂ ਸੰਗਤਾਂ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ। ਜਿੰਪਾਣੇਸ ਪ੍ਰੋਜੈਕਟ ਤੇ ਸ਼ਹਿਰ ਦੇ ਬਕਪਖੇਸਿਆਂ ਚ ਮੁਰੰਮਤ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ ਕੈਬਨਿਟ ਮੰਤਰੀ ਨੇ ਮਹਿਕਮੇ ਦੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਨਵੀਂ ਸੀਵਰੇਜ ਪ੍ਰਣਾਲੀ ਦਾ ਕੰਮ ਸ਼ੁਰੂ ਕਰਨ ਦੀ ਹਦਾਇਤ ਕੀਤੀ ਫਾਜ਼ਿਲਕਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਲਾਂਡਨ ਗਰੁੱਪ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜ਼ਿਲ੍ਹੇ ਚ ਭਾਰਤ ਪਾਕਿਸਤਾਨ ਸਰਹੱਦ ਤੋਂ ਸਿਰਫ 1.5 ਕਿਲੋਮੀਟਰ ਦੂਰ ਪਿੰਡ ਮੁਹੰਮਦ ਪੀਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੱਲ ਹੋਏ ਇੱਕ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾਕਟਰ ਸੀਨੂ ਤੁੱਗਲ ਨੇ ਇਹ ਪ੍ਰੋਜੈਕਟ ਲਾਂਚ ਕੀਤਾ ਸਕੂਲ ਵਿੱਚ ਉਹਨਾਂ ਅਧਿਆਪਕਾਂ ਵਜੋਂ ਬੱਚਿਆਂ ਦੀ ਕਲਾਸ ਲਈ ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਮਕਸਦ ਬੱਚਿਆਂ ਚ ਛਿਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਣਾ ਹੈ ਪ੍ਰੋਜੈਕਟ ਤਹਿਤ ਹਰ ਹਫਤੇ ਜ਼ਿਲ੍ਹੇ ਦੇ ਵੱਡੇ ਅਧਿਕਾਰੀ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੀ ਕਲਾਸ ਲੈਣ ਕੇ ਇਸ ਦੌਰਾਨ ਬੱਚਿਆਂ ਨਾਲ ਸਵਾਲ ਜਵਾਬ ਵੀ ਕੀਤੇ ਜਾਣ ਕੇ ਨੂੰ ਮੋਟੀਵੇਸ਼ਨ ਦਿੱਤੀ ਜਾਏ ਕਿਉਂਕਿ ਫਾਜ਼ਿਲਕਾ ਜ਼ਿਲ੍ਹਾ ਅੱਜ ਮੈਂ ਬਾਰਡਰ ਦੇ ਬਿਲਕੁਲ ਸਕੂਲ ਤੇ ਆਈ ਹਾਂ ਕਿਉਂਕਿ ਬਾਰਡਰ ਤੇ ਬੱਚੇ ਪੜ੍ਹਦੇ ਨੇ ਬੱਚਾ ਨੂੰ ਬਾਰਡਰ ਦੇ ਆਪਣੇ ਚੈਲੰਜਸ ਹੁੰਦੇ ਨੇ ਉਸ ਕਰਕੇ ਬੱਚਾ ਨੂੰ ਮੋਟੀਵੇਸ਼ਨਲ ਲੈਕਚਰਸ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਸਹੀ ਰਾਹ ਤੇ ਪੈ। ਔਰ ਬੱਚਿਆਂ ਦੀ ਇਹੀ ਉਮਰ ਇਹੋ ਜੀ ਹੁੰਦੀ ਹੈ ਉਹ ਸਹੀ ਰਾਹ ਵੀ ਚੂਜ਼ ਕਰ ਸਕਦੇ ਨੇ ਔਰ ਗਲਤ ਰਾਹ ਤੇ ਪਟਕ ਵੀ ਸਕਦੇ। ਇਸ ਮੋਹਮ ਦੇ ਸ਼ੁਰੂ ਹੋਣ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਵੀ ਖੁਸ਼ ਨਜ਼ਰ ਆਏ ਅਤੇ ਪ੍ਰਸ਼ਾਸਨ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ। ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਮ ਸਾਡੇ ਸਕੂਲ ਵਿੱਚ ਆਏ ਸਾਡੇ ਨਾਲ ਗੱਲਬਾਤ ਕੀਤੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਸ ਗੱਲ ਦੀ ਤੇ ਮੈਂ ਬਸ ਐਨੇ ਸੋਚਿਆ ਸੀ ਕਿ ਜੇ ਮੈਂ IAS ਅਫਸਰ ਬੰਨਾ ਚਾਹ ਨਹੀਂ ਆ ਤਾਂ ਮੈਂ ਸਿਰਫ ਕਿਸੇ ਵੀ IAS ਅਫਸਰ ਨਾਲ ਜ਼ਰੂਰ ਇੱਕ ਵਾਰ ਗੱਲ ਕਰਾਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਸ ਦੀ ਸ਼ੁਰੂਆਤ ਕਿੱਦਾਂ ਕੀਤੀ ਤੇ ਮੈਨੂੰ ਇਸ ਦੀ ਕਿਸ ਤਰ੍ਹਾਂ ਸ਼ੁਰੂਆਤ ਕਰਨੀ ਚਾਹੀਦੀ ਹੈ ਕਦੇ ਨਹੀਂ ਸੋਚਿਆ ਸੀ ਪਰ ਸਾਨੂੰ ਅਸੀਂ ਬਹੁਤ ਲੱਗਿਆ ਜੋ ਸਾਨੂੰ ਮੌਕਾ ਮਿਲਿਆ ਦੀਸ ਮੈਮ ਸਾਡੇ ਕੋਲ ਆਏ ਉਹਨਾਂ ਸਾਨੂੰ ਲੈਕਚਰ ਦਿੱਤਾ भारत सरकार के युवा मामले के खेड मंत्रालय तहत नेहरू युवा केंद्र पटियाला यूनिट ने नैशनल यूथ वीक तहत खूनदान कैंप सभ्याचारक प्रोग्राम लेख मुकाबले हुनर शख्सियत मुकाबले समेत ਕਈ ਮੁਕਾਬਲੇ ਦਾ ਆਯੋਜਨ ਕੀਤਾ ਇਨ੍ਹਾਂ ਚ ਜ਼ਿਲ੍ਹੇ ਦੇ ਵੱਖ-ਵੱਖ ਯੂਥ ਕਲੱਬਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ ਕੱਲ ਹੋਈ ਸਮਾਪਤੀ ਸਮਾਗਮ ਦੌਰਾਨ ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ اپੀਲ ਕੀਤੀ ਗਈ ਉਲਾਰਿਆ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਆਪਣੇ ਸੱਭਿਆਚਾਰ ਤੇ ਵਿਰਾਸਤ ਨੂੰ ਨਹੀਂ ਭੁੱਲਣਾ ਚਾਹੀਦਾ ਇਸ ਦੇ ਨਾਲ-ਨਾਲ ਸਿਹਤ ਪੱਖੋਂ ਤੰਦਰੁਸਤ ਹੋਣ ਲਈ ਖੇਡਾਂ ਨਾਲ ਵੀ ਜ਼ਰੂਰ ਜੁਟਣਾ ਚਾਹੀਦਾ ਹੈ ਕੇਂਦਰੀ ਖੇਡ ਮੰਤਰਾਲੇ ਨੇ ਪਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਤੇ ਲਗਾਏ ਗੇ ਇਲਜ਼ਾਮ ਹਸਬੰਦੀ 72 ਘੰਟਿਆਂ ਜਵਾਬ ਤਲਬ ਕੀਤਾ ਹੈ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੱਸਿਆ ਕਿ ਪਾਰ ਸਰਕਾਰ ਵੱਲੋਂ ਕੁਸ਼ਤੀ ਫੈਡਰੇਸ਼ਨ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ ਅਤੇ ਜਵਾਬ ਦਾਇਰ ਕਰਨ ਲਈ 72 ਘੰਟੇ ਦਾ ਸਮਾਂ ਦਿੱਤਾ ਗਿਆ ਚੰਡੀਗੜ੍ਹ ਹਵਾਈ ਅੱਡੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਦਿੱਲੀ ਪਹੁੰਚਣ ਤੋਂ ਬਾਅਦ ਉਹ ਖਿਡਾਰੀਆਂ ਨਾਲ ਖੁਦ ਮਿਲਣਗੇ ਤੇ ਉਨ੍ਹਾਂ ਦਾ ਪੱਖ ਸੁਣਨਗੇ ਇਸ ਮੁੱਦੇ ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਖੇਡ ਮੰਤਰੀ ਨੇ ਕਿਹਾ ਕਿ ਸਰਕਾਰ ਖੇਡਾਂ ਸੰਬੰਧੀ ਕਿਸੇ ਵੀ ਸਮੱਸਿਆ ਦਾ ਹੱਲ ਸਮੇਂ ਸਿਰ ਕੱਢਣ ਲਈ ਯਤਨਸ਼ੀਲੇ ਅਤੇ ਖਿਡਾਰੀਆਂ ਨੂੰ ਟੁਕਮਾ ਮਾਹੌਲ ਦੇਣ ਲਈ ਵੀ ਕੰਮ ਕੀਤਾ ਜਾ ਰਿਹਾ ਹੈ ਬੀਤੇ ਦਿਨੀ 파ਰਤੀ ਪਲਵਾਨਾ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਪੂਸ਼ਨ ਸ਼ਰਨ ਸਿੰਘ ਤੇ ਰਿਸ਼ਵਤਖੋਰੀ ਅਤੇ ਸਰੀ ਰਿਕਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ ਪੰਜਾਬ ਚ ਨਵੀਂ ਖੇਡ ਨੀਤੀ ਨੂੰ ਲੈ ਕੇ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤੇਰ ਨੇ ਮਾਹਿਰਾਂ ਦੀ ਕਮੇਟੀ ਨਾਲ ਚੰਡੀਗੜ੍ਹ 'ਚ ਮੀਟਿੰਗ ਕੀਤੀ। ਪੰਜਾਬ ਪਵਨ ਵਿਖੇ ਹੋਈ ਸਮੀਟਿੰਗ ਦੌਰਾਨ ਖੇਡ ਨੀਤੀ ਦੇ ਖਰੜੇ ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ। ਚੰਡੀਗੜ੍ਹ ਤੋਂ ਜਾਰੀ ਬਿਆਨ ਵਿੱਚ ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ 'ਚ ਮੋਹਰੀ ਸੂਬਾ ਬਣਾਉਣ ਲਈ ਵਿਆਪਕ ਸੁਧਾਰ ਕੀਤੇ ਜਾ ਰਹੇ ਨੇ ਅਤੇ ਨਵੀਂ ਖੇਡ ਨੀਤੀ ਵੀ ਇਨ੍ਹਾਂ ਸੁਧਾਰਾਂ ਦਾ ਹੀ ਹਿੱਸਾ ਹੈ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਖਿਡਾਰੀਆਂ ਦੀ ਚੋਣ ਲਈ ਹੁਨਰ ਦੀ ਪਛਾਣ ਵਿਗਿਆਨਿਕ ਵਿਧੀ ਨਾਲ ਕੀਤੀ ਜਾਵੇ ਤੇ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਅੰਕੜ ਕੇ ਉਹਨਾਂ ਦਾ ਵਿਸ਼ਲੇਸ਼ਣ ਹੋਵੇ ਬੈਠਕ ਦੌਰਾਨ ਗ੍ਰੇਡਿਸ਼ਨ ਨੀਤੀ ਨੂੰ ਤਰਕ ਸੰਗਤ ਬਣਾਉਣ ਤੇ ਵੀ ਗੱਲਬਾਤ ਕੀਤੀ ਗਈ ਖੇਡ ਮੰਤਰੀ ਨੇ ਖੇਡਾਂ ਤੇ ਖਿਡਾਰੀਆਂ ਲਈ ਆਧੁਨਿਕ ਢਾਂਚਾ ਬਣਾਉਣ ਲਈ ਕਾਰਪੋਰੇਟ ਕਰਾਨਿਆਂ ਤੋਂ مالی امداد ਲੈਣ ਲਈ ਯੋਗ ਨੀਤੀ ਬਣਾਉਣ ਤੇ ਵੀ ਜ਼ੋਰ ਦਿੱਤਾ ਉੜੀਸਾ ਚੱਲ ਰਹੀ ਹੌਕੀ ਵਿਸ਼ਪ ਕੱਪ ਚ ਕੱਲ੍ਹ ਖੇਡੇਗੇ ਮੈਚ ਵਿੱਚ ਭਾਰਤ ਨੇ ਵੈਲਜ਼ ਨੂੰ 4-2 ਦੇ ਫਰਕ ਨਾਲ ਹਰਾ ਦਿੱਤੀ। ਭੁਮਨੇਸ਼ਵਰ ਦੇ ਕਲਿੰਗਾ ਸਟੇਡੀਅਮ ਚ ਖੇਡੇਗੇ ਇਸ ਮੈਚ ਵਿੱਚ ਪਹਿਲੇ ਅੱਧ ਦੌਰਾਨ ਭਾਰਤੀ ਟੀਮ ਨੇ ਦਬਦਬਾ ਕਾਇਮ ਰੱਖ ਦਿਆ। 2-0 ਦੀ ਅਗਗੇਤ ਹਾਸਲ ਕੀਤੀ ਜਦਕਿ ਦੂਜੀ ਅੱਧ ਵਿੱਚ ਵੈਲਸੀ ਟੀਮ ਨੇ 2 ਗੋਲ ਕੀਤੇ। ਇਸੇ ਦੌਰਾਨ ਭਾਰਤੀ ਟੀਮ ਨੇ 2 ਹੋਰ ਗੋਲ ਕਰਕੇ 4-2 ਦੇ ਫਰਕ ਨਾਲ ਮੈਚ ਆਪਣੇ ਨਾਂ ਕਰ ਲਿਆ। ਭਾਰਤ ਵੱਲੋਂ ਆਕਾਸ਼ਦੀਪ ਸਿੰਘ ਨੇ 2 ਗੋਲ ਦਾਗੇ ਜਦਕਿ ਸ਼ਮਸ਼ੇਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਇਸ ਜਿੱਤ ਦੇ ਬਾਵਜੂਦ ਭਾਰ ਪੌਂਟਸ ਆ ਕੀ ਕੁਆਟਰਫਾਈਨਲ ਚ ਪਹੁੰਚਣ ਲਈ ਭਾਰਤ ਨੂੰ ਕ੍ਰਾਸਓਵਰ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾਉਣਾ ਹੋਵੇਗਾ ਪੂਲ ਡੀ ਚ ਭਾਰਤ ਤਿੰਨ ਵਿੱਚੋਂ ਦੋ ਮੈਚ ਜਿੱਤ ਕੇ ਕੁੱਲ 7 ਅੰਕਾਂ ਨਾਲ ਦੂਜੇ ਸਥਾਨ ਤੇ ਬਣਿਆ ਹੋਇਆ ਹੈ ਜਦਕਿ ਇੰਗਲੈਂਡ ਬਾਦ ਗੋਲਾਂ ਦੇ ਆਧਾਰ ਤੇ 7 ਅੰਕਾਂ ਨਾਲ ਗਰੁੱਪ ਚ ਚੋਟੀ ਤੇ ਬਰਕਰਾਰ ਹੈ ਭਾਰਤ ਦਾ ਅਗਲਾ ਮੈਚ 22 ਜਨਵਰੀ ਨੂੰ ਨਿਊਜ਼ੀਲੈਂਡ ਨਾਲ ਭੁਵਨੇਸ਼ਵਰ ਵਿੱਚ ਹੋਵੇਗਾ ਮੌਸਮ ਪੰਜਾਬ ਚ ਕਈ ਥਾਈਂ ਬੀਤੀ ਰਾਤ ਬੂੰਦਾਬਾਂਦੀ ਹੋਣ ਨਾਲ ਮੌਸਮ ਕੁਝ ਸਾਫ਼ ਹੋ ਗਿਆ। ਬੀਤੇ ਦਿਨ ਜ਼ਿਆਦਾਤਰ ਇਲਾਕਿਆਂ ਚ ਧੁੱਪ ਲੱਗਣ ਦੇ ਨਾਲ-ਨਾਲ ਬਦਲਬਾਹੀ ਦੇਖੀ ਗਈ। ਮੌਸਮ ਵਿਭਾਗ ਦੇ ਮੁਤਾਬਕ ਇਸ ਮੀਂਹ ਨਾਲ ਕਣਕ ਦੀ ਫਸਲ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਖੇਤਾਂ 'ਚ ਖੁਸ਼ਕ ਸ਼ੀਤ ਲਹਿਰ ਨੂੰ ਠੱਲ ਪਵੇਗੀ। ਮੌਸਮ ਵਿਭਾਗ ਦੇ ਮੁਤਾਬਕ ਅਲਫਰੀਦਕੋਟ ਚ 4.8 ਡਿਗਰੀ ਸੈਲਸੀਅਸ ਤਾਪਮਨ ਦਰਜ ਕੀਤਾ ਗਿਆ, ਜੋ ਕਿ ਸੂਬੇ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ। ਪੰਜਾਬ ਦੇ ਕਈ ਹਿੱਸਿਆਂ ਚ ਅਜੇ ਵੀ ਬਦਲਬਾਹੀ ਬਣੀ ਹੋਈ ਹੈ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂ ਆ ਰਹੀਆਂ ਨੂੰ DDG ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਬੁਲੇਟਨ ਦੇ ਅਖੀਰ ਵਿੱਚ ਉਹਨੀਆਂ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਪੀਜੀ ਰੋਜ਼ਗਾਰ ਮੇਲੇ ਦੌਰਾਨ 71000 ਤੋਂ ਵੱਧ ਨੌਜਵਾਨਾਂ ਨੂੰ ਸੌਂਪਨ ਕੇ ਨਿਯੁਕਤੀ ਪੱਤਰ ਲੁਧਿਆਣਾ ਚਰਦੂਪ ਸਿੰਘ ਪੁਰੀਏ ਤੋਂ ਮੁਹਾਲੀ ਚ ਸੂਮ ਪ੍ਰਕਾਸ਼ ਕਰਨ ਦੇ ਰੋਜ਼ਗਾਰ ਮੇਲੇ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਤਰਮਿੰਦਰ ਪਰਦਾਨ ਨੇ ਭਾਰਤ ਨੂੰ ਗਲੋਬਲ ਸਾਊਥ ਦੀ ਆਵਾਜ਼ ਦੱਸਿਆ ਕੇਂਦਰੀ ਖੇਡ ਮੰਤਰਾਲੇ ਨੇ ਪਲਵਾਨਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਤੇ ਕੁਸ਼ਤੀ ਫੈਡਰੇਸ਼ਨ ਤੋਂ 72 ਘੰਟਿਆਂ 'ਚ ਮੰਗਿਆ ਜਵਾਬ ਹਾਕੀ ਵਿਸ਼ਵ ਕੱਪ ਵਿੱਚ ਭਾਰਤ ਨੇ ਵੈਲਜ਼ ਨੂੰ 4-2 ਗੋਲਾਂ ਦੇ ਫਰਕ ਨਾਲ ਹਰਾਇਆ ਤੇਸ ਦੇ ਨਾਲ ਹੀ ਖਬਰਾਂ ਦਾ ਬਲੂਟਿਨ ਖਤਮ ਹੁੰਦਾ ਹੈ ਇਜਾਜ਼ਤਿਓ ਨਮਸਕਾਰ